लगे लगे चलो चलो जिम्मेवारी सी गरीबां तक अनाज नहीं पहुंचा बाहरले डिस्ट्रिक्ट की तो बाद चो गल करूंगी जे अकाली लीडरशिप लुधियाने की आई बैठी है वो मेरे को हुनी ऑफिस आ जाए तो मैं दस दे
ਕਿਹੜੇ ਕਿਹੜੇ ਲੀਡਰ ਨੂੰ ਅਕਾਲੀ ਦਲ ਤੋਂ ਛੱਡ ਕੇ ਬਾਕੀ ਸਿਆਸੀ ਪਾਰਟੀਆਂ ਦੇ ਵੀ ਜਾਂ ਇੱਕ ਆਮ ਸ਼ਹਿਰੀ ਜਿਹੜਾ ਆਫਿਸ ਤੱਕ ਆਇਆ ਜਾਂ ਮੰਤਰੀ ਸਾਹਿਬ ਤੱਕ ਆਇਆ ਉਹਨੂੰ ਅਨਾਜ ਨਾ ਮਿਲਿਆ ਹੋਵੇ, ਮੇਰੇ ਆਫਿਸ ਵੱਲੋਂ, ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਜਾਂ ਸੀਐਮ ਸਾਹਿਬ ਦੀ ਕਿੱਟ ਵੱਲੋਂ ਕਿਹੜਾ ਘੁਟਾਲਾ? ਜੇ ਇਹਨਾਂ ਨੇ ਇਹਨਾਂ ਕੋਲ ਕੋਈ ਫਿਗਰਸ ਤਾਂ ਹੋਣਗੀਆਂ, ਜਿਹੜੇ ਵੀ ਲੌਗਇਨ ਬਣੀਆਂ ਹੈਗੀਆਂ ਉੱਥੇ ਲੋਕਾਂ ਨੇ ਅਨਾਜ ਜੇ ਲਈ ਡਿਮਾਂਡ ਕੀਤੀ ਆ ਉੱਥੇ ਤੱਕ ਨਹੀਂ ਪਹੁੰਚਿਆ ਹੈਗਾ। 33,000 ਦਾ ਘੁਟਾਲਾ ਕਰਕੇ 10 ਸਾਲਾਂ ਦੇ ਵਿੱਚ ਫੂਡ ਸਪਲਾਈ ਡਿਪਾਰਟਮੈਂਟ 'ਚ ਇਹਨਾਂ ਦੇ ਹੀ ਰਿਸ਼ਤੇਦਾਰ ਛੱਡ ਕੇ ਗਏ ਸੀ ਮਿਨਿਸਟਰੀ, ਅਤੇ ਅੱਜ ਜੇ ਆਸ਼ੂ ਜੀ ਉਹਨੂੰ ਦੁਬਾਰਾ ਪੈਰਾਂ 'ਤੇ ਲੈ ਕੇ ਆਏ ਆ, ਉਹ ਜਿੰਨੀ ਵੀ ਉਹਦਾ ਡਿਫਰੈਂਸ ਸੀਗਾ ਉਹਨੂੰ ਖਤਮ ਕਰਕੇ ਤਾਂ ਇਹਨਾਂ ਨੂੰ ਘੁਟਾਲਾ ਦਿਖ ਰਿਹਾ ਆ। ਲੋਕਡਾਊਨ ਦੇ ਵਿੱਚ ਮੋਦੀ ਸਾਹਿਬ ਨੇ ਜਿਹੜਾ ਵੀ ਰਾਸ਼ਨ ਭੇਜਿਆ ਸੀ, ਦੱਸੋ ਇੱਕ ਇੱਕ ਬੰਦੇ ਨੂੰ ਪੁੱਛ ਲੈਣ ਉਹਨਾਂ ਦੇ ਘਰ ਤੱਕ ਰਾਸ਼ਨ ਪਹੁੰਚਿਆ ਕਿ ਨਹੀਂ ਪਹੁੰਚਿਆ? ਤੁਸੀਂ ਸਾਰੇ ਪੱਤਰਕਾਰ ਹੋ, ਸ਼ਾਇਦ ਲੋਕਡਾਊਨ ਦੇ ਵਿੱਚ ਜਗ੍ਹਾ ਜਗ੍ਹਾ ਫਿਰੇ ਵੀ ਹੋਣਗੇ। ਹਰੇਕ ਕੌਂਸਲਰ ਨੇ ਆਪ ਰਾਸ਼ਨ ਵੰਡਿਆ ਕਿ ਨਹੀਂ ਵੰਡਿਆ, ਚਾਹੇ ਉਹ ਕਿਸੇ ਵੀ ਪਾਰਟੀ ਦਾ ਸੀਗਾ। ਸਾਰਿਆਂ ਨੂੰ ਪਤਾ ਆ ਜਦੋਂ ਮਾਨਸੂਨ ਦਾ ਸੀਜ਼ਨ ਆਉਂਦਾ ਆ, ਜੇ ਘਰ ਵੀ ਤੁਸੀਂ ਇੱਕ ਆਟੇ ਦੀ ਥੈਲੀ ਲੈ ਕੇ ਆਓ ਨਾ, ਤਾਂ ਉਹ ਤੀਜੇ ਦਿਨ ਉਹਦੇ ਵਿੱਚ ਸੁੰਡੀਆਂ ਜਾਂ ਕੀੜੇ ਪੈ ਜਾਂਦੇ ਹੈਗੇ ਆ, ਅਤੇ ਹਾਲੇ ਤੱਕ ਸਰਕਾਰ ਰਾਸ਼ਨ ਵੰਡ ਰਹੀ ਹੈ। ਜੇ ਤੁਸੀਂ ਆਟਾ ਪਿਸਵਾ ਕੇ ਸਟੋਰ ਕਰਕੇ ਰੱਖਦੇ ਹੋ ਤਾਂ ਉਹ ਖਰਾਬ ਹੀ ਹੋਏਗਾ, ਅਤੇ ਇਹ ਅਕਾਲੀ ਦਲ ਉਹ ਖਰਾਬ ਆਟਾ ਲੋਕਾਂ ਨੂੰ ਵੰਡਵਾਉਣਾ ਚਾਹੁੰਦਾ ਆ। ਹਰ ਵਾਰੀ ਜਦੋਂ ਵੀ ਇਲੈਕਸ਼ਨ ਲੜਦੇ ਹੈਗੇ ਆ 1997 ਤੋਂ ਲੈ ਕੇ ਹੁਣ ਤੱਕ, ਅਕਾਲੀ ਦਲ ਹਮੇਸ਼ਾ ਰੌਲਾ ਪਾਉਂਦਾ ਆ, ਇਹ ਲੋਕ ਹਮੇਸ਼ਾ ਰੌਲਾ ਪਾਉਂਦੇ ਆ। 19 ਸਾਲਾਂ ਦੇ ਸੀ ਆਸ਼ੂ ਜੀ ਜਦੋਂ ਵੀ ਇਹ ਕਾਂਡ ਹੋਇਆ ਜਾਂ ਉਹਨਾਂ ਦਾ ਨਾਮ ਆਇਆ, ਲੋਕਾਂ ਨੇ ਉਹਨਾਂ ਨੂੰ ਮੈਂਡੇਟ ਦੇ ਤਾ ਜਿਤਾ ਕੇ, 3 ਵਾਰੀ ਕੌਂਸਲਰ ਵੀ ਬਣਾ ਤਾ, 3 ਵਾਰੀ ਮੈਂ ਵੀ ਹੈਗੀ ਹਾਂ, ਉਸ ਤੋਂ ਬਾਅਦ MLA ਵੀ ਬਣ ਗਏ ਅਤੇ ਹੁਣ ਮੰਤਰੀ ਵੀ ਬਣ ਗਏ, ਵਿਧਾਨ ਸਭਾ ਦੇ ਵਿੱਚ ਵੀ ਇਹ ਸਾਰਾ ਕੁਝ ਖਤਮ ਹੋ ਗਿਆ। ਔਰ ਸਭ ਤੋਂ ਵੱਡੀ ਗੱਲ, ਜੇ ਇਹਨਾਂ ਨੂੰ ਜੁਡੀਸ਼ਰੀ 'ਤੇ ਵਿਸ਼ਵਾਸ ਨਹੀਂ, ਜਿਹੜੀ ਜੁਡੀਸ਼ਰੀ ਨੇ ਖਤਮ ਕੀਤਾ ਹੈਗਾ ਆ, ਅਤੇ ਅਕਾਲੀ ਦਲ ਮੈਨੂੰ ਲੱਗਦਾ ਹੁਣ ਰੱਬ ਹੀ ਬਣ ਗਿਆ। ਔਰ ਮਜੀਠੀਆ ਸਾਹਿਬ ਨੂੰ ਜੇ ਮੈਂ ਇੱਕ ਗੱਲ ਪੁੱਛਾਂ, ਪੰਜਾਬ ਦੇ ਹਿੱਤਾਂ ਦਾ ਐਡੇ ਵੱਡੇ ਰਾਖਾ ਬਣਦੇ ਹੈਗੇ ਆ, ਅਤੇ ਸੀਐਮ ਸਰ ਦੀ ਕਾਲ ਸੀਗੀ 117 MLAs ਲਈ ਉੱਥੇ ਪਹੁੰਚਣ ਲਈ, ਅਤੇ ਅੱਜ ਇਹ ਦਿੱਲੀ ਕਿਉਂ ਨਹੀਂ ਹੈਗੇ? ਜਿਹੜੇ ਇਹਨਾਂ ਦੇ ਭਾਈਵਾਲ ਪੰਥਕ ਮੋਰਚਾ ਵਾਲੇ ਟੁੱਟੇ ਆ, ਸਾਡੇ ਬੈਨ ਸਾਹਿਬ ਟੁੱਟੇ ਹੈਗੇ ਆ, ਉਹ ਤਾਂ ਅੱਜ ਮੇਰੇ ਖਿਆਲ ਨਾਲ ਦਿੱਲੀ ਹੈਗੇ ਆ, ਪੰਜਾਬ ਨਾਲ ਖੜੇ ਹੋਣ ਲਈ, ਪੰਜਾਬੀਅਤ ਨਾਲ ਖੜੇ ਹੋਣ ਲਈ, ਕਿਸਾਨਾਂ ਨਾਲ ਖੜੇ ਹੋਣ ਲਈ। ਔਰ ਸਭ ਤੋਂ ਜ਼ਿਆਦਾ ਜੋ ਮੋਦੀ ਸਾਹਿਬ ਅੱਜ ਕਰਨਾ ਚਾਹੁੰਦੇ ਆ, ਕਿਸਾਨਾਂ ਦੀ ਆੜ ਦੇ ਵਿੱਚ ਸ਼ਹਿਰੀਆਂ ਨੂੰ ਬਰਬਾਦ, ਸਾਡੀ ਇੰਡਸਟਰੀ ਬਰਬਾਦ ਕੀਤੀ ਉਹਨਾਂ ਨੇ ਰੇਲ ਗੱਡੀਆਂ ਬੰਦ ਕਰਕੇ, ਮੋਦੀ ਸਾਹਿਬ ਜਾਂ ਅਕਾਲੀ ਦਲ ਜਾਂ ਹੋਰ ਕੋਈ ਜਿੰਨੇ ਵੀ ਹੈਗੇ ਆ, ਪ੍ਰੈਜ਼ੀਡੈਂਟ ਵੀ ਇਹ ਦੱਸ ਦੇਵੇ, ਕੋਈ ਇੱਕ ਘਟਨਾ ਕਿਸਾਨਾਂ ਕਰਕੇ ਰੇਲ ਟਰੈਕ 'ਤੇ ਹੋਈ ਹੈ? ਕਿਹੜੀ ਖੁਸ਼ੀ 'ਚ ਉਹਨਾਂ ਨੇ ਆਹ ਰੇਲ ਗੱਡੀਆਂ ਬੰਦ ਕੀਤੀਆਂ ਹੈਗੀਆਂ? 11 ਸਟੇਟਾਂ ਨੂੰ GST ਦੇ ਦਿੱਤਾ, ਅਤੇ ਸਾਡਾ GST ਹਾਲੇ ਤੱਕ ਕਿਉਂ ਨਹੀਂ ਪਹੁੰਚਿਆ? ਬਰਬਾਦੀ ਕਰਨ 'ਤੇ ਆ ਗਏ ਆ ਭਾਈਵਾਲ BJP ਅਤੇ ਅਕਾਲੀ ਦਲ। ਔਰ ਮੈਨੂੰ ਤਾਂ ਇਹ ਵੀ ਖਦਸ਼ਾ ਆ ਕਿ ਆ 3-4 ਮਹੀਨਿਆਂ ਬਾਅਦ ਇਹਨਾਂ ਨੇ ਫਿਰ ਇਕੱਠੇ ਹੋ ਜਾਣਾ ਆ, ਅਤੇ ਫਿਰ ਪੰਜਾਬ ਨੂੰ ਲੁੱਟਣਾ ਆ। ਮਜੀਠੀਆ ਸਾਹਿਬ ਨੂੰ ਜੇ ਪੰਜਾਬ ਦੀ ਚਿੰਤਾ ਸੀਗੀ, ਅਤੇ ਅੱਜ ਦੀ ਜਿਹੜੀ ਡਿਮਾਂਡ ਸੀਗੀ ਉਹ ਦਿੱਲੀ ਜਾ ਕੇ ਪ੍ਰੈਜ਼ੀਡੈਂਟ ਨੂੰ ਅਤੇ ਮੋਦੀ ਨੂੰ ਘੇਰਨ ਦੀ ਸੀਗੀ, ਆਸ਼ੂ ਦੀ ਕੋਠੀ ਦਾ ਘਿਰਾਵ ਕਰਨ ਦੀ ਨਹੀਂ ਸੀਗੀ। ਲੁਧਿਆਣਾ ਤੋਂ ਗੁਰਮੀਤ ਨਿੱਜਰ ਦੀ ਰਿਪੋਰਟ, ਰਵਿੰਦਰ ਜਿੰਮੀ ਦੇ ਨਾਲ ਫੌਕਸ .ਪੰਜਾਬੀ, ਯੂਅਰ ਸਿਟੀ, ਯੂਅਰ ਨਿਊਜ਼।